ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ। ਦੋਸਤੋ ਅੱਜ ਦੀ ਵੀਡੀਓ ਪਿੰਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ। ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ। ਮੇਰਾ ਮੋਬਾਈਲ ਨੰਬਰ 98145409968। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭੈਣ ਭਰਾ ਨੂੰ ਰਿਕੁਐਸਟ ਆ ਜਿਨ੍ਹਾਂ ਨੇ ਹਜੇ ਤੱਕ ਆਪਣੇ YouTube ਚੈਨਲ ਹਿੰਮਤ ਲਾਈਵ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ, ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਅੱਜ ਦੀ ਵੀਡੀਓ ਦੇ ਵਿੱਚ ਨਾਗ ਤਾਂ ਤੁਹਾਨੂੰ 8 ਵਿਖਾਉਣੇ ਸੀ ਪਰ 2 ਨਾਗ ਮੇਰੇ ਆਉਣ ਤੋਂ ਪਹਿਲਾਂ ਸੇਲ ਹੋ ਗਏ ਆ। ਅੱਛਾ 15 ਦੋਸਤੋ ਨਾਗ 15 ਸੀਗੇ, 6 ਨਾਗ ਰਹਿ ਗਏ ਆ, ਦੂਜੇ ਨਾਗ 9 ਸੇਲ ਹੋ ਗਿਆ, ਜੋੜਾ ਉੱਧਰ ਖੜਾ ਉਹ ਵੀ ਸੇਲ ਹੋ ਗਿਆ, ਦੂਜੀਆਂ ਵਹਿੜਾਂ ਆਪੋ ਆਪਣੇ ਘਰ ਚਲੀਆਂ ਗਈਆਂ। ਹੁਣ ਇਸ ਟਾਈਮ 6 ਵਹਿੜਾਂ ਤੁਹਾਨੂੰ ਵਿਖਾਉਣੀਆਂ, ਇਨਫੋਰਮੇਸ਼ਨ ਲੈ ਦਿੰਦਾ ਉਹ ਕਰਦੇ ਗੱਲਬਾਤ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਜੀ, ਨਾਮ ਤੇ ਦੱਸ। ਨਾਮ ਹਰਦੇਵ ਸਿੰਘ ਜੀ, ਪਿੰਡ ਹੈਗਾ ਚੜੈਕ ਦੇ ਕੋਠੀ ਜ਼ਿਲ੍ਹਾ ਮੋਗਾ ਜੀ। ਮੋਬਾਈਲ ਨੰਬਰ ਦੱਸ। 7176052 ਇੱਕ ਹੀ ਫੇਰ ਦੱਸ। 7176052 ਜੀ। 15 ਵਹਿੜਾਂ ਸੀ ਸੁਬਾ। ਹਾਂਜੀ 15 ਸੀਗੀਆਂ, ਹੁਣ 6 ਰਹਿ ਗਈਆਂ। 6 ਰਹਿ ਗਈਆਂ ਜੀ। ਇੱਕ ਸੂਈ ਸੀ ਗਿਆ, ਕਿੰਨਵਾਂ ਸੂਆ ਇਹਦਾ? ਇਹ ਤੀਜੇ ਸੂਈ ਆ ਵੀਰੇ, ਕਹਿਣ ਨੂੰ ਤਾਂ ਬਣਾ ਦੂਜੇ ਕਹਿ ਦਿੰਦੇ ਆਪਾਂ। ਠੀਕ ਹੈ, ਕਿੰਨਾ ਕਿ ਦੁੱਧ ਪਿਆ ਜੂ? ਦੁੱਧ ਇਹਨੂੰ ਦੇਣਾ ਚਾਹੀਦਾ ਵੀਰੇ ਕੱਦ ਦੇ ਹਿਸਾਬ ਨਾਲ 18 ਕਿਲੋ 17-18। ਜਾਇਜ਼ ਜਾ ਮੁੱਲ ਇਹ ਦੇ ਦਿਆਂਗੇ ਵੀਰੇ 42,000। ਕੱਢੀ ਬਾਤ। ਸੂਈ ਕਿਦੋਂ ਕਾ? ਦੋਸਤੋ ਜੇਰ ਪੈ ਗਈ ਆ, ਜੇਰ ਮਾਰੇ ਮੈਂ ਪੁੱਛਿਆ ਸੂਈ ਕਿਦੋਂ ਕਾ, ਤੁਸੀਂ ਦੇਖ ਸਕਦੇ ਹੋ ਜੇਰ ਪ੍ਰੋਪਰ ਪੈ ਗਈ ਆ। 17-18 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ, ਵੱਡੀ ਵੱਡੀ ਬਹੁਤ ਆ। ਬਾਕੀ ਤੁਸੀਂ ਸਕਰੀਨ 'ਤੇ ਵੇਖ ਹੀ ਰਹੇ ਆ, ਹਵਾਨਾ ਸੋਹਣਾ, ਥਾਣ ਹੱਥੀ ਚਵਾਈ ਵਾਲੇ ਆ, ਵੱਡੇ ਕੱਦ ਵਾਲੀ ਸੂਈ ਸਵਾਈ ਵਹਿੜ 42,000 ਦੀ ਬਾਈ ਕਹਿੰਦਾ ਦੇ ਦੇਣੀ ਆ, 40-2 42,000। ਬਾਕੀ ਜਿਹੜੇ ਹਿਸਾਬ ਨਾਲ ਵਹਿੜ ਦਾ ਕੱਦ ਕਾਠ ਉਹ ਹਿਸਾਬ ਨਾਲ ਇੱਥੇ ਦੁੱਧ ਖੁੱਲ੍ਹਾ ਪਿਆਉਣ ਦਾ ਹੱਕ ਵੀ ਬਣਦਾ, ਬਾਕੀ ਦੁੱਧ ਅੱਗੇ ਸਹੀ ਮਣੇ ਹੁੰਦਾ ਸੇਵਾ ਦਾ। ਬਾਕੀ ਜੇ ਐਡੀ ਵਹਿੜ 17-18 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ। ਸੀਲ ਸਾਹੂ ਫੁੱਲ ਹੈ ਆਹ, ਤੁਸੀਂ ਵੇਖ ਸਕਦੇ ਆ, ਚਵਾਈ ਚੰਗੀ ਹੈ, ਪੂਰੀ ਮੋਟੀ ਧਾਰ ਹੈ, ਚਿੱਟਾ ਦੁੱਧ ਹੈ ਮੱਝਾਂ ਵਰਗਾ, ਸਹੀ ਹੈ। 40-2 42,000 ਦੀ ਦੇ ਦੇਣੀ ਆ, ਬਿਲਕੁਲ ਜਾਇਜ਼ ਜਾਇਜ਼ ਡਿਮਾਂਡ। ਜਿਹਦੇ ਪਸੰਦ ਆ ਉਹ ਸੂਈ ਸਵਾਈ ਹੈਗੀ, ਭਾਵਾਂ 2 ਟਾਈਮ ਚੋ ਕੇ ਲੈ ਜੇ ਅਗਲਾ। 2 ਨੰਬਰ ਬਾਰੇ ਦੱਸੀਏ? 2 ਨੰਬਰ ਆ ਵੀਰੇ ਜਰਸੀ, ਕਿੰਨਵਾਂ ਸੂਗਾ? ਇਹ ਦੂਜਾ ਸੂਗਾ ਜੀ। ਕਿੰਨੇ ਕੁ ਦਿਨ ਲੈ ਜੂ? ਇਹ ਦਿਨ ਲੈ ਜੂਗੀ 5-4। ਜਾਇਜ਼ ਜਾ ਮੁੱਲ ਇਹ ਜਮਾਂ ਹੀ ਹਾਂ ਨਾ ਜੀ। ਹਾਂ 40,000 ਦੀ ਦੇਵਾਂਗੇ ਵੀਰੇ। ਦੁੱਧ ਕਿੰਨਾ ਦੇ ਦੂੰ? ਦੁੱਧ ਦੇ ਦੇਵੀ ਵੀਰੇ 15-16 ਕਿਲੋ। 43,000 ਕੱਢੀ ਬਾਤ। ਦੂਜੇ ਸੂਏ ਜਰਸੀ ਸੂੰਦੀ ਹੈ, 43,000 ਦੀ ਬਾਈ ਕਹਿੰਦਾ ਦੇ ਦੇਣੀ ਹੈ, 5-6 ਦਿਨ ਬਾਈ ਦੱਸਦਾ ਲੈ ਜੂ, 43,000 ਮੁੱਲ ਹੈ, 15-16 ਕਿਲੋ ਵਾਂਗੂ ਬਾਈ ਦੱਸਦਾ ਇੱਥੇ ਦੁੱਧ ਪਿਆ ਜੂ। ਥਣਾਂ ਦੀ ਇਹ ਵੀ ਸੋਹਣੀ ਸਾਫ਼ ਸੁਥਰੀ ਹੈ, ਹਿੰਦਾ ਕਹਿੰਦਾ ਬਰੀਡ ਬਹੁਤ ਹੈ ਜਰਸੀ ਨਸਲ ਦੀ। ਦੂਜਾ ਸੂਆ ਵਹਿੜ ਠੰਡੀ ਸੀਲ, ਇਹ ਵੀ ਫੁੱਲ ਹੈ ਵੀਰ, ਸੀਲ ਸਾਹੂ ਫੁੱਲ ਹੈ, ਵਲ ਢਿੱਲਾਂ ਬਹੁਤ ਪਈਆਂ, ਸਾਰੀ ਵਲ ਢਿੱਲ ਕੱਢ ਕੇ ਸੂਣ, ਹਜੇ 5 ਕੁ ਦਿਨ ਲੈ ਜੂ, 4-5 ਦਿਨਾਂ ਤਾਈਂ ਸੋਹਣਾ ਹਵਾਨਾ ਤਿਆਰ ਕਰਕੇ ਸੂ, ਬਦਾਮੀ ਰੰਗ ਦੀ। ਦੂਜਾ ਸੂ ਹੈ ਜਰਸੀ ਨਸਲ ਦੀ ਵਹਿੜ, 1 ਨੰਬਰ ਤਾਜ਼ੀ ਸੂਈ ਸਵਾਈ ਆ, 2 ਨੰਬਰ ਗੱਬਣ ਹੈ, ਬਾਕੀ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੀ ਹੁੰਦਾ, ਫੈਟ ਚੰਗੀ ਆਉਂਦੀ ਹੈ। 43,000  'ਚ ਮਾਣ ਕਰ ਦੂੰ ਬਾਈ ਕਹਿੰਦਾ। 3 ਨੰਬਰ ਆ, 3 ਨੰਬਰ ਵੀਰੇ ਲੈਂਦੀ ਹੈ ਹਜੇ 8-9 ਦਿਨ, ਇਹ ਵੀ ਦੂਜੇ ਹੀ ਆ, ਅਗਲਾ ਆਪਣਾ ਤੀਜੇ ਮੰਨੀ ਜਾਵੇ। ਕਿੰਨਾ ਕੁ ਦੁੱਧ ਪਿਆ ਜੀ? ਇਹਨੂੰ ਦੁੱਧ ਦੇਣਾ ਚਾਹੀਦਾ 15-16 ਕਿਲੋ ਵੀਰੇ। ਜਾਇਜ਼ ਜਾ ਮੁੱਲ ਇਹ ਦੇ ਦਿਆਂਗੇ ਵੀਰੇ 37,000। 37 ਦੀ 15-16 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ, 37,000 ਦੀ ਦੇ ਦੇਣੀ ਹੈ। 3 ਅੰਦਰ ਵੱਡੀਆਂ ਵਹਿੜਾਂ ਖੜੀਆਂ,
ਉਹ ਤੁਹਾਨੂੰ ਅੱਗੇ ਵਿਖਾਉਣੇ ਆ। 37,000 ਦੀ ਦੇ ਦੇਣੀ ਆ, 35-36,000 ਦਾ ਆਉਂਦਾ ਵੀ ਕੀ ਆ, ਕੱਚੀ ਆ, ਦੈਨ 8-9x10 ਦਾ ਲੈ ਜੂ, ਕਰੋਸ ਅੰਗ ਹੈ, ਸੀਲ ਸਾਊ ਹੈ, ਦੁੱਧ ਮੱਝਾਂ ਵਰਗਾ ਹੀ ਹੋਊ ਇਹਦਾ ਵੀ, ਮਲਟਲਾਂ ਬਹੁਤ ਪਈਆਂ ਕਿਉਂਕਿ HF ਨਸਲ ਦੀ ਨਹੀਂ, ਕਰੋਸ ਅੰਗ ਦੀ ਵੈੜ ਆ। 37,000 ਮੁੱਲ ਵਿੱਚੋਂ ਮਾਣ ਤਾਣ ਹੋ ਜੂ 37,000 ਦੇ। ਬਾਕੀ ਦਿਨ ਗਰਮੀ ਦੇ ਆ, ਹਜੇ 2.5 ਮਹੀਨੇ ਤਾਂ ਫੁੱਲ ਹੀ ਗਰਮੀ ਆ, ਗਰਮੀ ਰਹਿਤ ਵੈੜ ਆ, ਦੁੱਧ ਮੱਝਾਂ ਵਰਗਾ ਹੋਊਗਾ, ਜਾਸੀ ਦਾ ਵੀ ਮੱਝਾਂ ਵਰਗਾ ਹੀ ਹੁੰਦਾ, ਮੁੱਲ 37,000। 37,000 ਚੋਂ ਕੋਈ ਬਾਈ ਕਹਿੰਦਾ ਮਾਣ ਕਰ ਦੂੰਗਾ, ਕੱਦ ਕਾਠ ਪੂਰਾ ਹੀ ਆ, 3 ਉੱਧਰ ਵੈੜਾਂ ਖੜੀਆਂ ਵੱਡੀਆਂ। 4 ਨੰਬਰ ਬਾਰੇ ਦੱਸ ਹਰਦੇਵ। 4 ਨੰਬਰ ਵੀਰੇ ਇਹ ਦੂਜਾ ਸੁਹਾਸ ਹੁੰਦੀ ਆ, ਠੀਕ ਹੈ, ਸੀਲ ਫੁੱਲ ਆ, ਜਮਾਂ ਜਿਵੇਂ ਕੋਈ ਮਰਜ਼ੀ ਬੈਠਾ ਰਹੇ, ਦਿਨ ਕਿੰਨੇ ਲੈ ਜਾਣੇ, ਤਿਆਰੀਆਂ ਕੀ ਹੈ, ਹੋ ਸਕਦਾ ਕੱਲ ਨੂੰ ਸੁੱਕੇ ਦੁੱਧ, ਅੱਜ ਦਿਨ ਪੂਰੀ ਅਗਲੇ ਨੇ ਦੱਸਿਆ, ਹੋ ਸਕਦਾ ਕੱਲ ਨੂੰ ਸੁੱਕੇ ਦੁੱਧ, ਕਿੰਨਾ ਕੁ ਪੈ ਜੂ, ਦੁੱਧ ਇਹਨੂੰ ਦੇਣਾ ਚਾਹੀਦਾ 20-22 ਲੀਟਰ ਵੀਰੇ, ਜੈ ਮੁੱਲ ਇਹ ਦੇ ਦਿਆਂਗੇ 44,000 ਚ, 200 ਰੁਪਇਆ ਛੋੜ ਹੀ ਕਰਾਂਗੇ, ਛੋੜ ਹੀ, ਹਾਂ ਚੰਗੀ ਬਾਈ ਵਸ, ਠੀਕ ਹੈ, ਬਾਈ ਕਹਿੰਦਾ 200 ਰੁਪਇਆ ਛੋੜ ਹੀ ਕਰਨੀ ਵਿੱਚੋਂ, ਚੰਗੀ ਬਹੁਤ ਹੈ, ਬਾਕੀ ਜਦੋਂ ਤੁਰੂ ਵੈੜ ਆਪ ਹੀ ਦੱਸੂਗੀ। ਮੁੱਲ ਕਿੰਨਾ, 44,000 ਤੇ 4 44,000, ਵੈੜ ਵੱਡੀ ਵੱਡੀ ਬਹੁਤ ਹੈ, ਮੁੱਲ ਕਰਨ ਨੂੰ ਬਾਈ ਕਹਿੰਦਾ ਭਾਵੇਂ 65,000 ਕਰਾ ਲਓ, ਹਵਾਨਾ ਬਹੁਤ ਸੋਹਣਾ ਵੱਡਾ ਤਿਆਰ ਕੀਤਾ, ਠੰਡੀ ਇਹ ਵੀ ਫੁੱਲ ਹੈ ਵੀਰੇ, ਸੂਨ ਨੂੰ ਤਿਆਰ ਹੀ ਹੈ, ਹੋ ਸਕਦਾ ਬਾਈ ਕਹਿੰਦਾ ਰਾਤ ਨੂੰ ਸੂਪੇ, ਹੋ ਸਕਦਾ ਕੱਲ ਨੂੰ ਸੂਪੇ, ਤਿਆਰੀਆਂ 'ਚ ਹੀ ਮੰਨੋ ਤੁਸੀਂ, ਥਣ ਸੋਹਣੇ ਆ, ਰੁਗ ਰੁਗ ਦੇ ਦਾਣਾ, ਗੈਪ 'ਚ ਨਿਖੜਵੇਂ ਇਕੱਲੇ ਇਕੱਲੇ ਲੱਗੇ ਆ, 20-22 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ, ਅਤੇ ਦੁੱਧ ਵੀ ਮੱਝ ਵਰਗਾ ਜਮਾਂ ਚਿੱਟਾ, ਉੱਪਰੋਂ ਫੁੱਟਾਂ ਕੁ ਚੌੜਾ ਹਵਾਨਾ ਸਟਾਰਟ ਹੁੰਦਾ, ਭਾਵੇਂ ਅਗਲਾ ਹੱਥੀ ਚਵਾਈ ਕਰ ਲਏ, ਭਾਵੇਂ ਮਸ਼ੀਨ 'ਤੇ ਚਵਾਈ ਕਰ ਲਏ, ਥਣ ਦੇ ਸਾਈਜ਼ ਪੂਰੇ ਸੋਹਣੇ ਆ, ਵਜਨ ਵਜਨ ਬਹੁਤ ਆ, ਕੱਦ ਵੱਡਾ ਹੀ ਆ, ਖੁੱਲ੍ਹੇ ਡੁੱਲੇ ਅੰਗਾਂ ਪੈਰਾਂ ਦੀ ਆ, ਬਾਕੀ ਹਵਾਨਾ ਹੀ ਦੱਸਦਾ ਤੁਸੀਂ 20 ਕਿਲੋ 19-20 ਕਿਲੋ ਦੁੱਧ ਮੰਨ ਕੇ ਸੌਦਾ ਕਰ ਲਓ, ਦੁੱਧ 18 ਕਿਲੋ ਵੀ ਬਹੁਤ ਹੁੰਦਾ। 44,000 ਚੋਂ ਮਾਣ ਬਾਈ ਕਹਿੰਦਾ ਕਰ ਦੂੰਗਾ, ਅੱਗੇ ਆ ਜਾਈਏ 5 ਨੰਬਰ ਤੇ। 5 ਨੰਬਰ ਇਹ ਦਿਨ ਲੈਂਦੀ ਹੈ ਜੀ, ਹਫ਼ਤਾ ਰਹੇਗੀ, ਠੀਕ ਹੈ, ਦੂਜਾ ਸੂਆ ਹੀ ਹੈ ਵੈੜ, ਹਾਂਜੀ ਇਹਨੂੰ ਦੁੱਧ ਦੇਣਾ ਚਾਹੀਦਾ 18 ਲੀਟਰ, ਜੈ ਜਮਾ ਇਹ ਦੇ ਦਿਆਂਗੇ 53,000 ਦੀ ਫਿਰ। ਦੂਜੇ ਸੂਏ ਸੂੰਦੀ ਹੈ, ਡੱਬੀ ਵੱਛੀ ਹੈ, ਇੱਕ ਹਫ਼ਤਾ ਬਾਈ ਦੱਸਦਾ ਲੈ ਜੂ, 18-19 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ, ਚਿੱਟੇ ਰੰਗ ਦੀ ਵੱਛੀ ਹੈ, ਜ਼ਿਆਦਾ ਰੰਗ ਚਿੱਟਾ ਦੇ ਵਿੱਚ, ਕਾਲੇ ਰੰਗ ਦੇ ਮੋਟੇ ਡੱਬ ਹੈ, 53,000 ਮੁੱਲ ਕਰਦਾ ਹਿੰਦੇ, ਜਾਇਜ਼ ਜੀ ਲੈਣ ਦੇਣਾ ਡਿਮਾਂਡ ਯਾਰ, ਬਈ ਕੱਚੀ ਅੱਜ ਤਿਆਰ ਕਰਕੇ 53 ਨਹੀਂ ਹੋ ਜਾਏ, 48,000 ਦੇ ਦੇਣਾ, 48,000 ਦੀ ਦੋਸਤੋ ਮੁੱਲ 53,000 ਹੈ, ਤਿਆਰ ਹੁੰਦੀ ਬਾਈ ਕਹਿੰਦਾ 53 ਦੀ ਦਿੰਦੇ, ਪਰ ਕੱਚੀ ਆ ਹਫ਼ਤਾ ਲੈ ਜੂ, 48,000 ਦੀ ਦੇ ਦੇਣੀ, 48,000 ਚੋਂ ਬਾਈ ਛੋੜ ਕਰ ਦੂ, ਮੂੰਹ ਮੱਥੇ ਦੀ ਸੋਹਣੀ ਹੈ, ਛੋਟਾ ਕੰਨ, ਬੋਦੀ ਵਾਲੀ ਵੱਛੀ ਵੱਡੀ ਵੱਡੀ ਬਹੁਤ ਹੈ, ਜਾਤ ਵਾਲੀ ਹੈ, ਇੱਥੇ ਖੁੱਲ੍ਹਾ ਦੁੱਧ ਪਿਆ ਜੂ, ਬਾਕੀ ਜੇ ਡੱਬੀ ਵੈੜ ਐਡੇ ਵੱਡੇ ਕੱਦ ਵਾਲੀ ਇੰਨਾ ਦੁੱਧ ਨਹੀਂ ਦਿੰਦੀ, 18-20 ਕਿਲੋ ਫਿਰ ਦੇਣਾ ਵੀ ਕਿਹੜੀ ਨੇ ਆ, ਮੁੱਲ 53,000 ਹੈ, 48,000 ਚੋਂ ਮਾਣ ਕਰ ਦੂ ਬਾਈ ਕਹਿੰਦਾ। ਲਾਸਟ ਬਾਰੇ ਦੱਸ ਕੇ ਨਵਾਂ ਸੂਆ ਹਰਦੇਵ, 6 ਨੰਬਰ ਹੈਗੀ ਆ, ਦੂਜਾ ਹੀ ਸੂਆ ਇਹ, ਠੀਕ ਹੈ, ਇਹਨੂੰ ਦੁੱਧ ਦੇਣਾ ਚਾਹੀਦਾ 20-22 ਲੀਟਰ, 20 ਬਾਈ, ਹਾਂਜੀ ਕੱਢੀਏ ਬਾਹਰ ਨੂੰ, ਮੁੱਲ ਜਾਇਜ਼ ਆ, ਇਹ ਦੇ ਦੇਗੇ 55 ਦੀ, ਠੀਕ ਹੈ, ਦਿਨ ਕਿੰਨੇ ਲੈ ਜੂ, ਇਹਦਾ ਤਿਆਰੀਆਂ ਜੀ ਅਸੂ ਚਾਰ ਦੇਣੀ ਆ, ਦੂਜੇ ਸੂਏ ਬਾਈ ਕਹਿੰਦਾ ਸੂੰਦੀ ਆ, 20-22 ਕਿਲੋ ਦੁੱਧ ਪਿਆ ਜੂ, 55,000 ਦੀ ਬਾਈ ਕਹਿੰਦਾ ਦੇ ਦੇਣੀ ਆ, ਤੁਸੀਂ ਤਿਆਰੀਆਂ 'ਚ ਹੀ ਮੰਨੋ।
ਸਾਈਡਾਂ 'ਚ ਹਲਕੀ ਜਿਹੀ ਵਲ ਢਿੱਲ ਹੈਗੀ, ਬਾਕੀ ਇੰਨੀ ਕੁ ਵਲ ਢਿੱਲ ਤਾਂ ਕਰਮ ਵਾਲੀਆਂ ਜਦੋਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ, 2 ਕੁ ਦਿਨ ਮਸਾਂ ਹੀ ਲਊਗੀ। ਬੈਠ, ਵੱਡੀ ਹੈ, ਬਹੁਤ ਸੋਹਣੀ ਹੈ ਵੀਰੇ, ਮੂੰਹ ਮੱਥੇ ਦੀ ਸੋਹਣੀ ਹੈ, ਬਾਕੀ ਤੋਰਾ ਤੂਰਾ ਵੱਛੀ ਦਾ ਪੂਰਾ ਵਧੀਆ, ਥਾਂ ਸੋਹਣੇ ਆ। 55,000 ਦੀ ਬਾਈ ਕਹਿੰਦਾ ਦੇ ਦਿਆਂਗੇ, ਜੇ ਕੋਈ ਜੋੜਾ ਲੈ ਲੂ ਭੋਰਾ ਵੱਧ ਮਾਨ ਤਾਣ ਹੋਜੂ, ਜੇ ਕੋਈ ਇਕੱਲਾ ਇਕੱਲਾ ਨਾਗ ਲੈ ਲੂ ਹੋਜੂ, ਇਕੱਲੇ ਇਕੱਲੇ 'ਚੋਂ ਵੀ ਜੋੜੇ 'ਚ ਭੋਰਾ ਵੱਧ ਹੋਜੂ, ਅਤੇ ਜੇ ਕੋਈ 3 ਨਾਗ ਲੈ ਲੈਂਦਾ ਫਿਰ ਹੋਰ 1,000-1,500 ਵੱਧ ਮਾਨ ਤਾਣ ਹੋਜੂ। ਅੱਜ ਦੀ ਵੀਡੀਓ ਦੇ ਵਿੱਚ 6 ਵਹਿੜਾਂ, ਸੁਬਾ ਨਾਗ ਤਾਂ 15 ਸੀਗੇ, ਪਰ ਬਾਈ ਕਹਿੰਦਾ 9 ਨਾਗ ਮੇਰੇ ਆਉਣ ਤੋਂ ਪਹਿਲਾਂ ਸੇਲ ਹੋ ਗਏ ਆ, ਅਤੇ ਹੁਣ 6 ਰਹਿ ਗਏ ਆ, 2 ਵਹਿੜਾਂ ਉਹ ਪਰੇ ਖੜੀਆਂ, ਉਹ ਬਾਈ ਹੁਣੀ ਆਏ ਹੋਏ ਆ, ਜਿਨ੍ਹਾਂ ਨਾਲ ਸੌਦਾ ਹੋਇਆ ਉਹ ਵੀ ਉਹਨਾਂ ਨੇ ਲੈ ਜਾਣਗੀਆਂ। ਨਾਗ ਤਾਂ 8 ਖੜੇ ਆ, ਪਰ 6 ਨਾਗ ਤੁਹਾਨੂੰ ਵਿਖਾਤੇ ਆ, ਦੂਜੇ ਨਾਗ ਸੇਲ ਹੋ ਗਏ ਆ। ਪ੍ਰਾਈਜ਼ ਜਾਇਜ਼ ਜੀ ਆ, ਮਾਨ ਤਾਣ ਹੋਜੂ, ਫੋਨ ਨੰਬਰ ਸਕਰੀਨ 'ਤੇ ਚੱਲੀ ਜਾਂਦਾ, ਜਿਹਦੇ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਬਿਲਕੁਲ। ਛੋਟੇ ਜਿਹੇ ਭਾਅ, ਵੱਡੀਆਂ ਵਹਿੜਾਂ, ਚੰਗੇ ਦੁੱਧ ਵਾਲੀਆਂ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।